ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਰੀਅਲ ਜੀ ਵਿੱਚ ਅਮਰੀਸ਼ ਪੁਰੀ ਦਾ ਕੈਰੈਕਟਰ ਐਗਜੈਕਟਲੀ ਰੀਅਲ ਲਾਈਫ ਮੇਰੇ ਪਾਪਾ ਦਾ ਕੈਰੈਕਟਰ ਹੈ ਤਾਂ ਫਰੀਦਾ ਜਲਾਲ ਦਾ ਕੈਰੈਕਟਰ ਐਗਜੈਕਟਲੀ ਮੇਰੀ ਮੰਮੀ ਦਾ ਵੈਰੀ ਸਿਮਿਲਰ ਸੇਮ ਦੇਸੀ ਅਪਬ੍ਰਿੰਗਿੰਗ ਇਨ ਫੋਰਨ ਲੈਂਡ ਕਲੀਨ ਏਅਰ ਸਿੰਪਲਿਸਿਟੀ ਮੈਨੂੰ ਪੰਜਾਬ ਦੀ ਸਿੰਪਲਿਸਿਟੀ ਬਹੁਤ ਪਸੰਦ ਆ। ਮਰ ਗਏ ਲੋਕਾਂ ਦਾ ਮੈਸੇਜ ਐਕਚੁਲੀ ਇਹ ਆ ਕਿ ਲਾਈਫ ਨੂੰ ਇੰਨਾ ਸੀਰੀਅਸਲੀ ਨਹੀਂ ਲੈਣਾ ਚਾਹੀਦਾ। ਅਸੀਂ ਕਦੇ ਕਦੇ ਮੈਨੂੰ ਤੰਗ ਬਹੁਤ ਕਰਦੇ ਆ, ਮੈਨੂੰ ਜੀ ਤੰਗ ਕਰਦੇ ਆ। ਮੈਂ ਰੋਮ ਕਮ ਕਰਨੀ ਸੀ ਤਾਂ ਰੋਮ ਕਮ ਵੀ ਮਿਲ ਗਈ, ਬਟ ਅਦਰਵਾਈਜ਼ ਰੋਲਸ ਆਈ ਲਾਈਕ ਪਲੇਇੰਗ ਰੀਅਲ ਕੈਰੈਕਟਰਸ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਮੀਨੀਆ ਦੇਖ ਰਹੇ ਤੁਸੀਂ ਅਤੇ ਹਾਂਜੀ ਅੱਜ ਤੁਹਾਡੀ ਮੁਲਾਕਾਤ ਕਰਨ ਜਾ ਰਹੇ ਹਾਂ ਆਉਣ ਵਾਲੀ ਪਿਕਚਰ ਮਰ ਗਏ ਲੋਕਾਂ ਦੀ ਲੀਡ ਹੀਰੋਇਨ ਸਪਨਾ ਪੱਬੀ ਜੀ ਨਾਲ, ਜਿਹੜੇ ਕਿ ਆਪਣਾ ਡੈਬਿਊ ਕਰਨ ਜਾ ਰਹੇ ਆ ਪੰਜਾਬੀ ਇੰਡਸਟਰੀ 'ਚ। ਸਪਨਾ, ਵੈਲਕਮ ਟੂ ਪੰਜਾਬੀ ਮੀਨੀਆ। ਹੈਲੋ, ਥੈਂਕ ਯੂ ਸੋ ਮਚ। ਵੈਲਕਮ ਟੂ ਪੰਜਾਬੀ ਇੰਡਸਟਰੀ। ਥੈਂਕ ਯੂ, ਥੈਂਕ ਯੂ, ਆਮ ਵੈਰੀ ਐਕਸਾਈਟਿਡ ਫੋਰ ਦੈਟ। ਕਿਵੇਂ ਹੋ, ਕੀ ਹਾਲ ਹੈ? ਹਾਂ, ਸਾਡਾ ਠੀਕ ਹੈ, ਥੋੜ੍ਹਾ ਜਿਹਾ ਨਰਵਸ ਆ, ਵੇਟ ਕਰ ਰਹੇ ਹਾਂ ਕਿ ਰਿਸਪੋਂਸ ਕਿੱਦਾਂ ਆਏਗਾ ਮਰ ਗਏ ਲੋਕੋ ਦਾ, ਬਟ ਕੰਫੀਡੈਂਟ ਆਲਸੋ। ਅਤੇ ਸਪਨਾ, ਬੜਾ ਹੀ ਮੇਨ ਸਟ੍ਰੀਮ ਜਿਹਾ ਕੁਐਸਚਨ ਹੈ, ਜਿਹੜਾ ਇਹ ਡਾਇਲੋਗ ਹੈ ਮਰ ਗਏ ਉਹ ਲੋਕੋ, ਹਾਂਜੀ, ਵਟ ਡਜ਼ ਮਤਲਬ ਇਹ ਡਾਇਲੋਗ ਤੁਹਾਡੇ ਲਈ, ਮਤਲਬ ਵਟ ਡਜ਼ ਇਸ ਮੀਨ ਟੂ ਯੂ, ਤੁਹਾਡੇ ਲਈ ਕੀ ਮਤਲਬ ਹੈ ਇਸ ਡਾਇਲੋਗ ਦਾ ਮਰ ਗਏ ਉਹ ਲੋਕੋ? ਇਸ ਫਿਲਮ ਤੋਂ ਪਹਿਲਾਂ ਐਕਚੁਲੀ ਥੋੜ੍ਹੀ ਜਿਹੀ ਫਨੀ ਸਟੋਰੀ ਆ, ਵੀ ਆਰ ਆਲ ਫਰੀ ਆਲ ਗੇਮ, ਜਿੱਦਾਂ ਇਸ ਮੈਂ ਫਿਲਮ ਸਾਈਨ ਕੀਤੀ, ਸ਼ੂਟ ਸਾਡਾ ਸ਼ੁਰੂ ਹੋ ਗਿਆ, ਤਾਂ ਐਵਰੀ ਟਾਈਮ ਮੈਂ ਸੋਚਦੀ ਸੀ ਕਿ ਮੈਂ ਸੁਣਿਆ ਆ ਕਿਤੇ ਮਰ ਕੇ ਉਹ ਲੋਕੋ, ਪਤਾ ਮੇਰੇ ਦਿਮਾਗ 'ਚੋਂ ਘੁੰਮੀ ਗਿਆ ਕਿ ਇਹ ਮੈਂ ਕਿੱਥੇ ਸੁਣਿਆ। ਫਿਰ ਇੱਕ ਦਿਨ ਸੈੱਟ 'ਤੇ ਆਏ ਤਾਂ ਕਹਿੰਦੇ ਕਿ ਅੱਜ ਅਸੀਂ ਗਾਣਾ ਸ਼ੂਟ ਕਰਨਾ ਹੈ, ਸੌਂਗ ਟਾਈਟਲ ਟਰੈਕ। ਦੈਨ ਮਲਕੀਤ ਜੀ, ਮਲਕੀਤ ਸਿੰਘ ਸਰ, ਆਈ ਡੋਂਟ ਨੋ ਵਟ ਟੂ ਕਾਲ ਹਿਮ, ਹੀ ਇਜ਼ ਅ ਲੈਜੈਂਡ, ਆਈ ਡੋਂਟ ਐਕਚੁਲੀ ਨੋ ਹਾਊ ਟੂ, ਯੈਸ, ਤਾਂ ਉਹਨਾਂ ਦਾ ਦੈਨ ਹੀ ਵਾਜ਼ ਸਟੈਂਡਿੰਗ ਦੇ, ਤਾਂ ਮੈਂ ਸੈਕ ਓ ਮਾਈ ਗੋਡ, ਇਹ ਤਾਂ ਉਹਨਾਂ ਦਾ ਗਾਣਾ ਆਇਆ ਮਰ ਕੇ ਮੇਰੇ ਕੋ, ਦੈਨ ਵੀ ਸ਼ਾਟ ਦ ਸੌਂਗ। ਸੋ ਆਈ ਥਿੰਕ ਫਰ ਅਬਾਊਟ 20 ਡੇਜ਼ ਮੈਨੂੰ ਉਹ ਕਨੈਕਟ ਨਹੀਂ ਮੈਂ ਕਰ ਪਾਈ ਕਿ ਇਹ ਕਿੱਥੇ ਸੁਣਿਆ। ਸੋ ਵੈਨ ਆਈ ਸੋ ਹਿਮ, ਫਿਰ ਉਹ ਪੈਨੀ ਡ੍ਰੌਪ ਹੋ ਗਏ ਕਿ ਹਾਂ ਆਈ ਨੋ ਦਿਸ ਸੌਂਗ। ਸੋ ਫੋਰ ਮੀ ਮਰ ਗਏ ਲੋਕੋ ਇਜ਼ ਮਾਈ ਮੈਮਰੀ, ਯੂ ਨੋ, ਮੇਰੇ ਬਚਪਨ ਦੀ, ਜਦੋਂ ਅਸੀਂ ਇਹ ਗਾਣਾ ਔਨ ਰਿਪੀਟ ਸਾਡੇ ਘਰ ਵੱਜਦਾ ਹੁੰਦਾ ਸੀ। ਅਤੇ ਸਪਨਾ, ਹੁਣ ਗੱਲ ਕਰੀਏ ਤੁਹਾਡੇ ਕਰੀਅਰ ਦੀ, ਤੁਸੀਂ 24 'ਚ ਆ ਚੁੱਕੇ ਹੋ ਐਜ਼ ਕਿਰਨ ਰਾਥੋੜ, ਦੈਨ ਯੂ ਕੇਮ ਇਨ ਖਾਮੋਸ਼ੀਆਂ ਸਮਨ ਅਦਰ, ਮਤਲਬ ਥੋੜ੍ਹੀ ਹੋਰ ਵੈਬ ਸੀਰੀਜ਼ ਵੀ ਤੁਸੀਂ ਆਏ ਸੀ, ਦੈਨ ਹੁਣ ਤੁਸੀਂ ਆ ਰਹੇ ਹੋ ਪੰਜਾਬੀ ਇੰਡਸਟਰੀ 'ਚ। ਹਾਂਜੀ, ਇਹ ਟਰੈਕ ਕਿਵੇਂ ਬਣੀ ਪੰਜਾਬੀ ਇੰਡਸਟਰੀ, ਹਾਊ ਡਿਡ ਯੂ ਕਮ ਟੂ ਪੰਜਾਬੀ ਇੰਡਸਟਰੀ, ਕਿਵੇਂ ਸੋਚਿਆ ਪੰਜਾਬੀ ਇੰਡਸਟਰੀ 'ਚ ਆਉਣ ਲਈ? ਐਕਚੁਲੀ ਮੈਂ ਸ਼ੁਰੂ ਤੋਂ ਸੋਚਿਆ ਸੀ ਕਿ ਮੈਂ ਪੰਜਾਬੀ ਇੰਡਸਟਰੀ 'ਚ ਜਾਣਾ ਹੈ। ਜਦੋਂ ਵੀ ਮੈਂ ਆਪਣੇ ਕਰੀਅਰ ਬੰਬੇ 'ਚ ਸ਼ੁਰੂ ਕੀਤਾ, ਮੈਂ ਹਮੇਸ਼ਾ ਸੋਚਦੀ ਸੀ ਕਿ ਜਦੋਂ ਮੈਨੂੰ ਕੋਈ ਅੱਛੀ ਪੰਜਾਬੀ ਫਿਲਮ ਮਿਲ ਜਾਓ ਕਿ ਵਧੀਆ, ਜਿੱਦਾਂ ਦੀ ਮਰ ਗਏ ਲੋਕੋ, ਜਿਹਦੀ ਵਧੀਆ ਕਾਸਟ ਹੋਵੇ, ਵਧੀਆ ਪ੍ਰੋਡਕਸ਼ਨ ਐਂਡ ਡਾਇਰੈਕਸ਼ਨ ਸਾਰਾ ਕੁਛ ਹੋਵੇ, ਤਾਂ ਮੈਂ ਇੱਦਾਂ ਦੀ ਪੰਜਾਬੀ ਫਿਲਮ ਕਰਨੀ ਆ। ਟੱਚ ਵਿਦ ਮੈਨੂੰ ਔਫਰਸ ਤਾਂ ਆਉਂਦੇ ਹੁੰਦੇ ਸੀਗੇ ਔਫ ਅਦਰ ਪੰਜਾਬੀ ਫਿਲਮਸ, ਬਟ ਮੈਂ ਵੇਟ ਕਰਦੀ ਸੀ ਕਿ ਮੈਨੂੰ ਕੋਈ ਇੱਦਾਂ ਦੀ ਚਾਹੀਦੀ ਸੀ ਸਪੈਸੀਫਿਕਲੀ, ਐਂਡ ਆਮ ਵੈਰੀ ਗ੍ਰੇਟਫੁਲ ਐਂਡ ਹੈਪੀ ਕਿ ਮੈਨੂੰ ਇੱਦਾਂ ਦੀ। ਕੋਈ ਦੱਸ ਸਕਦੇ ਤੁਸੀਂ ਕਿਹੜੀ ਪੰਜਾਬੀ ਮੂਵੀ ਰਿਜੈਕਟ ਕੀਤੀ ਸੀ ਜਿਹੜੀ ਬਾਅਦ 'ਚ ਸਕਸੈਸਫੁਲ ਹੋਈ ਸੀ? ਨਹੀਂ, ਕੋਈ ਇੱਦਾਂ ਦੀ ਕੋਈ ਨਹੀਂ, ਆਈ ਡੋਂਟ ਥਿੰਕ ਇਟਸ ਨਾਈਸ ਟੂ ਸੇ, ਕਿਉਂਕਿ ਜਿਨ੍ਹਾਂ ਨੂੰ ਮਿਲੀ ਆ ਉਹਨਾਂ ਦੀ ਆ ਉਹ ਫਿਲਮ, ਬਿਲਕੁਲ ਉਹਨਾਂ ਦੀ ਰਹਿਣੀ ਚਾਹੀਦੀ, ਮਤਲਬ ਸਮ ਡੈਸਟਨੀ ਕਰਕੇ ਉਹਨਾਂ ਦੀ ਕਿਸਮਤ ਹੈ ਕਿ ਉਹ ਮੇਰੀ ਨਹੀਂ ਸੀ, ਉਹਨਾਂ ਦੀ ਸੀ। ਠੀਕ ਹੈ, ਅਤੇ ਸਭ ਤੁਸੀਂ ਮੂਵੀਜ਼ ਕੀਤੀਆਂ ਐਂਡ ਯੂ ਡਿਡ ਵੈਬ ਸੀਰੀਜ਼ ਕੀਤੀ ਤੁਸੀਂ ਐਂਡ ਨਾਓ ਪੰਜਾਬੀ ਇੰਡਸਟਰੀ ਵੀ, ਅਤੇ ਤੁਹਾਡੇ ਲਈ ਸਭ ਤੋਂ ਫੇਵਰੇਟ ਕੀ ਸੀ, ਵੈਬ ਸੀਰੀਜ਼ ਜਾਂ ਮੂਵੀਜ਼, ਮਤਲਬ ਤੁਸੀਂ ਸਭ ਤੋਂ ਜ਼ਿਆਦਾ ਕੰਫਰਟੇਬਲ ਕਿਤੇ 'ਚ ਸੀਗੇ? ਸੀ ਐਕਚੁਲੀ ਇਹ ਕੁਐਸਚਨ ਮੈਨੂੰ ਕਾਫੀ ਵਾਰੀ ਪੁੱਛਦੇ ਆ, ਕਿਉਂਕਿ ਆਈ ਡੂ ਡਿਫਰੈਂਟ ਪਲੈਟਫਾਰਮਸ, ਬਿਲਕੁਲ, ਔਰ ਆਈ ਵਾਂਟ ਟੂ ਸੇ ਇਜ਼ ਕਿ ਪਲੈਟਫਾਰਮ ਐਕਚੁਲੀ ਮੈਟਰ ਨਹੀਂ ਕਰਦਾ, ਐਂਡ ਆਈ ਡੋਂਟ ਬਿਲੀਵ ਕਿ ਇਸੀ ਪਲੈਟਫਾਰਮ ਨੂੰ ਚੂਜ਼, ਸਾਨੂੰ ਸਪੈਸੀਫਿਕ ਪਲੈਟਫਾਰਮ ਚੂਜ਼ ਕਰਨਾ ਚਾਹੀਦਾ ਹੈ, ਬਿਕੋਜ਼ ਐਫਰਟ ਤਾਂ ਸਾਡੀ ਉਨੀ ਜਾਂਦੀ ਆ ਵੈਬ ਸੀਰੀਜ਼ ਵਿੱਚ, ਉਨੀ ਐਫਰਟ ਅਸੀਂ ਡਾਲਦੇ ਹਾਂ ਇਸੀ ਮੂਵੀਜ਼ ਵਿੱਚ, ਉਨੀ ਐਫਰਟ ਡਿਪੈਂਡ, ਡਜ਼ਨਟ ਮੈਟਰ ਕਿ ਕਿਹੜੀ ਇੰਡਸਟਰੀ ਜਾਂ ਕਿਹੜੀ ਲੈਂਗੁਏਜ ਵਿੱਚ ਆ, ਐਫਰਟ ਤਾਂ ਸਾਡੀ ਗਰੋਥ ਮਤਲਬ ਸੇਮ ਹੁੰਦੀ ਆ, ਯੂ ਨੋ, ਇਟਸ ਅਪ ਟੂ ਯੂ ਐਂਡ ਯੋਰ ਸਕਿੱਲ, ਹਾਊ ਯੂ ਵਾਂਟ ਟੂ ਪੁੱਟ ਇਟ ਐਂਡ ਹਾਊ ਯੂ ਵਾਂਟ ਟੂ ਡਿਵੈਲਪ ਦ ਹਾਰਡ ਵਰਕ, ਉਨਾ ਹੀ ਲੱਗਦਾ ਹੈ ਸਾਰਿਆਂ ਦਾ, ਉਨਾ ਲੱਗਦਾ ਹੈ, ਜਸਟ ਆਈ ਥਿੰਕ ਦ ਕੋਂਟੈਂਟ ਇਜ਼ ਵਾਟ ਮੈਟਰਸ, ਮੈਂ ਕੋਂਟੈਂਟ ਹੀ ਦੇਖਦੀ ਹਾਂ ਕਿ ਕੋਂਟੈਂਟ ਕਿਹੜਾ ਗੁੱਡ ਆ, ਸਟੋਰੀ ਸਟਰੋਂਗ ਆ, ਜਾਂ ਉਹਦੀ ਪ੍ਰੋਡਕਸ਼ਨ ਵੈਲਿਊ ਕਿੱਦਾਂ ਦੀ ਲੱਗੂ, ਜਿੱਦਾਂ ਇੱਥੇ ਆਈ ਨੋ ਕਿ ਕੋਮੇਡੀ ਪੰਚੇਸ ਸਿਚੁਏਸ਼ਨ ਕੋਮੇਡੀ ਆ, ਸੋ ਉਹਦੇ ਵਿੱਚ ਆਈ ਹੈਵ ਕੋਨਫੀਡੈਂਸ। ਸੋ ਆਈ ਥਿੰਕ ਜੇ ਤੁਸੀਂ ਆਪਣੇ ਕੋਂਟੈਂਟ ਵਿੱਚ ਕੋਨਫੀਡੈਂਸ ਰੱਖਦੇ ਆ, ਤੁਹਾਨੂੰ ਪਲੈਟਫਾਰਮ ਦੇਖਣ ਦੀ ਲੋੜ ਨਹੀਂ।
ਤੇ ਸਪਨਾ ਜੇ ਆਪਾਂ ਕੰਟੈਂਟ ਦੀ ਗੱਲ ਕਰੀਏ ਹਾਂਜੀ ਪੋਲੀਵੁੱਡ ਤੋਂ ਲੈ ਕੇ ਆਪਾਂ ਬਾਲੀਵੁੱਡ ਦੀ ਵੀ ਗੱਲ ਕਰੀਏ ਤੁਸੀਂ ਇੱਕ ਸਪਨਾ ਪੱਬੀ ਹਰ ਇੱਕ ਰੋਲ 'ਚ ਕੰਫਰਟੇਬਲ ਹੈਗੀ ਹੈ ਕਿ ਨਹੀਂ ਬੀ ਇਟ ਬੋਲਡ ਸੀਨਸ ਹੋ ਜਾਣੀ ਜਿਸ ਮਰਜ਼ੀ ਟਾਈਪ ਦੇ ਸੀਨ ਹੋ ਜਾਣ ਤੁਸੀਂ ਕੌਨਫੀਡੈਂਟ ਉਹਨਾਂ ਨੂੰ ਲੈ ਕੇ ਯੈਸ ਆਈ ਥਿੰਕ ਕਿ ਜਿੱਦਾਂ ਇਹ ਜਿਹੜਾ ਵਰਡ ਬੋਲਡ ਆ ਐਕਚੁਲੀ ਮੈਨੂੰ ਚੰਗਾ ਨਹੀਂ ਲੱਗਦਾ ਇੰਡੀਆ 'ਚ ਜਿੱਦਾਂ ਇਹ ਵਰਡ ਯੂਜ਼ ਹੁੰਦਾ ਹੈ ਐਕਚੁਲੀ ਬਹੁਤ ਬੁਰੇ ਤਰੀਕੇ ਨਾਲ ਲੋਕ ਦੇਖਦੇ ਆ ਸੀ ਰੀਅਲ ਲਾਈਫ ਹੈਗੀ ਵਟ ਰੀਅਲ ਲਾਈਫ ਇਜ਼ ਉਹ ਰੀਅਲ ਲਾਈਫ ਰਹਿਣੀ ਆ ਤੁਸੀਂ ਉਹਨੂੰ ਬੋਲਡ ਉਹਦਾ ਲੇਬਲ ਰੱਖੋ ਜਾਂ ਤੁਸੀਂ ਸੋਫਟ ਰੱਖੋ ਵਟ ਐਵਰ ਯੂ ਵਾਂਟ ਟੂ ਸੇ ਬਟ ਇਟ ਸ਼ੁੱਡ ਗੋ ਵਿਦ ਦ ਸਟੋਰੀ ਜੇ ਸਟੋਰੀ ਵਿੱਚ ਇੱਦਾਂ ਦੀਆਂ ਚੀਜ਼ਾਂ ਰੈਲੇਵੈਂਟ ਆ ਤਾਂ ਫਿਰ ਉਹ ਸਟੋਰੀ ਵਿੱਚ ਰੈਲੇਵੈਂਟ ਆ ਉਹਨੂੰ ਅਸੀਂ ਦੂਸਰੇ ਤਰੀਕੇ ਨਾਲ ਹਾਈਲਾਈਟ ਨਹੀਂ ਕਰ ਸਕਦੇ ਬਿਕੋਜ਼ ਇਟਸ ਇੰਪੋਰਟੈਂਟ ਇਨ ਦ ਪ੍ਰੋਸੈਸ ਦਾ ਸਟੋਰੀ ਟੈਲਿੰਗ ਸੋ ਗੁੱਡ ਸਟੋਰੀ ਟੈਲਿੰਗ ਬੋਲਡ ਸੀਨਸ ਨੂੰ ਹਾਈਲਾਈਟ ਨਹੀਂ ਕਰਦੇ ਜਾਂ ਐਕਸ਼ਨ ਸੀਨਸ ਨੂੰ ਹਾਈਲਾਈਟ ਨਹੀਂ ਕਰਦੇ ਓਵਰਆਲ ਪੂਰੀ ਆਪਣੀ ਸਟੋਰੀ ਡਿਟੇਲ 'ਚ ਹਾਈਲਾਈਟ ਕਰਦੇ ਆ ਗੁੱਡ ਸਟੋਰੀ ਟੈਲਿੰਗ ਇਜ਼ ਅ ਗੁੱਡ ਫਿਲਮ ਡਜ਼ਨਟ ਮੈਟਰ ਕਿ ਉਹ ਬੋਲਡ ਆ ਓ ਵਟ ਐਵਰ ਯੂ ਵਾਂਟ ਟੂ ਕਾਲ ਇਟ ਆਈ ਗੈਸ ਅਤੇ ਸਪਨਾ ਸਾਨੂੰ ਥੋੜ੍ਹੀ ਨਿਊਜ਼ ਹੈ ਤੁਹਾਡੇ ਬਾਰੇ ਕਿ ਤੁਸੀਂ ਤੁਹਾਨੂੰ ਤੁਸੀਂ ਜਦੋਂ ਬਾਹਰ ਸੀਗੇ ਉੱਥੋਂ ਵੀ ਇੱਕ ਫੇਸ ਔਫਰ ਕੀਤਾ ਗਿਆ ਸੀ ਫੇਸ ਔਫ ਸੁਜ਼ਾਨਾ ਐਂਡ ਸਮਥਿੰਗ ਤਾਂ ਮਤਲਬ ਤੁਸੀਂ ਬਾਹਰ ਕਿਉਂ ਨਹੀਂ ਆਪਣਾ ਕਰੀਅਰ ਪਰਸਿਊ ਕਰਨ ਦੀ ਸੋਚੀ ਤੁਸੀਂ ਇੰਡੀਆ ਵਾਪਸ ਕਿਉਂ ਆਏ ਕਿਉਂਕਿ ਮੇਰੇ ਪਾਪਾ ਬਹੁਤ ਸਟ੍ਰਿਕਟ ਸੀ ਮੈਂ ਬਸ ਸਾਰਿਆਂ ਨੂੰ ਕਹਿੰਦੀ ਹਾਂ ਕਿ ਤੁਸੀਂ ਦਿਲ ਵਾਲੇ ਦੁਲਹਨੀਆ ਲੈ ਜਾਏਗੀ ਦੇਖੋਗੀ ਸੋ ਈਜ਼ੀਐਸਟ ਵੇ ਟੂ ਡਿਸਕ੍ਰਾਈਬ ਮਾਈ ਫੈਮਿਲੀ ਇਜ਼ ਸਿਮਰਨ ਦੀ ਜਿਹੜੀ ਫੈਮਿਲੀ ਨਹੀਂ ਹੈਗੀ ਹਾਂਜੀ ਹਾਂਜੀ ਅਮਰੀਸ਼ ਪੁਰੀ DDLJ ਵਿੱਚ ਅਮਰੀਸ਼ ਪੁਰੀ ਦਾ ਕੈਰੈਕਟਰ ਐਗਜੈਕਟਲੀ ਰੀਅਲ ਲਾਈਫ ਮੇਰੇ ਪਾਪਾ ਦਾ ਕੈਰੈਕਟਰ ਹੈ ਤਾਂ ਫਰੀਦਾ ਜਲਾਲ ਦਾ ਕੈਰੈਕਟਰ ਐਗਜੈਕਟਲੀ ਮੇਰੀ ਮੰਮੀ ਦਾ ਵੈਰੀ ਸਿਮਿਲਰ ਸੇਮ ਦੇਸੀ ਅਪਬ੍ਰਿੰਗਿੰਗ ਇਨ ਫੋਰਨ ਲੈਂਡ ਉਹ ਕਬੂਤਰਾਂ ਨੂੰ ਵੀ ਕਦੀ ਕਦੀ ਪਾ ਦਿੰਦੇ ਹਾਂ ਯਾ ਸੋ ਉੱਥੇ ਵੀ ਸੀ ਉੱਥੇ ਸਾਡੀ ਅਸੀਂ ਨੀਸ਼ ਆ ਇੱਥੇ ਅਸੀਂ ਮੈਸ ਆ ਰਾਈਟ ਫੋਰ ਐਗਜ਼ਾਮਪਲ ਇੰਡੀਅਨਸ ਉੱਥੇ ਨੀਸ਼ ਕਮਿਊਨਿਟੀ ਆ ਇੰਡੀਅਨਸ ਇਨ ਇੰਡੀਆ ਵੀ ਆਰ ਮੈਸ ਕਮਿਊਨਿਟੀ ਐਗਜ਼ੈਕਟਲੀ ਸੋ ਨਵਰ ਦੇ ਆਈ ਥਿੰਕ ਮਾਈ ਪੇਰੈਂਟਸ ਆਰ ਰਾਈਟ ਉੱਥੇ ਪਾਪਾ ਕਹਿੰਦੇ ਸੀ ਨਹੀਂ ਇਹ ਕੰਮ ਨਹੀਂ ਕਰਨੇ ਅਸੀਂ ਪੜ੍ਹਾਈ ਕਰਕੇ ਡਿਗਰੀ ਲੈ ਕੇ ਕੰਮ ਕਰਨਾ ਹੈ ਐਂਡ ਆਈ ਡਿਡ ਵਟ ਐਵਰ ਮਾਈ ਪੇਰੈਂਟਸ ਵਾਂਟਿਡ ਐਂਡ ਉਹ ਰਾਈਟ ਸੀਗੇ ਤਾਂ ਫਿਰ ਜਦੋਂ ਐਂਡ 'ਚ ਇੱਕ ਔਫਰ ਆਈ ਮੈਨੂੰ ਟੀ ਵੀ ਕਰਨ ਦੀ ਇੱਥੇ ਇੰਡੀਆ 'ਚ ਫਿਰ ਮੇਰੇ ਪਾਪਾ ਨੇ ਕਿਹਾ ਕਿ ਤੁਸੀਂ ਜਾ ਸਕਦੇ ਹਾਂ ਜੋ ਮਰਜ਼ੀ ਹੁਣ ਕਰਨਾ ਤੂੰ ਕਰ ਲਾ ਬਿਕੋਜ਼ ਤੇਰੇ ਕੋਲ ਐਕਸਪੀਰੀਅੰਸ ਵਰਕ ਐਕਸਪੀਰੀਅੰਸ ਆ ਗਿਆ ਸੇਵਿੰਗਸ ਆ ਗਈਆਂ ਡਿਗਰੀ ਹੋ ਗਈ ਬਿਕੋਜ਼ ਹੁਣ ਤੇਰੀ ਫਾਊਂਡੇਸ਼ਨ ਸੈੱਟ ਆ ਇਫ ਯੂ ਫੀਲ ਲਾਈਕ ਡੂਇੰਗ ਐਨੀਥਿੰਗ ਐਲਸ ਇਨ ਯੋਰ ਲਾਈਫ ਇਟਸ ਈਜ਼ੀ ਫੋਰ ਯੂ ਬਿਕੋਜ਼ ਯੂ ਹੈਵ ਅ ਫਾਲ ਬੈਕ ਐਂਡ ਦਿਸ ਇਜ਼ ਦ ਮੈਸੇਜ ਆਈ ਵੁੱਡ ਲਾਈਕ ਟੂ ਗਿਵ ਦ ਯੂਥ ਆਲਸੋ ਦੈਟ ਇਫ ਯੂ ਵਾਂਟ ਟੂ ਡੂ ਸਮਥਿੰਗ ਇਨ ਲਾਈਫ ਡੂ ਕ੍ਰੀਏਟ ਅ ਫਾਊਂਡੇਸ਼ਨ ਐਂਡ ਜਸਟ ਬਿਕੋਜ਼ ਯੂਰ ਪੇਰੈਂਟਸ ਆਰ ਸਟ੍ਰਿਕਟ ਡਜ਼ਨਟ ਮੀਨ ਦੈਟ ਦੇ ਆਰ ਰੋਂਗ ਸੋ ਡੋਨਟ ਫਾਈਟ ਵਿਦ ਦੈਮ ਵੈਨ ਯੂ ਗੈਟ ਓਲਡਰ ਪਤਾ ਲੱਗੂਗਾ ਕਿ ਉਹ ਰਾਈਟ ਸੀ ਅਤੇ ਸਭ ਤੁਸੀਂ ਪੜ੍ਹਾਈ ਕਿਹਦੇ 'ਚ ਕੀਤੀ ਹੈ ਬਿਫੋਰ ਕਮਿੰਗ ਟੂ ਇੰਡਸਟਰੀ ਤੁਸੀਂ ਡਿਗਰੀ ਅਤੇ ਆਪਣੀ ਗ੍ਰੈਜੂਏਸ਼ਨ ਕਿਸ ਚੀਜ਼ 'ਚ ਕੀਤੀ ਸੀ ਆਈ ਸਟੱਡੀਡ ਐਟ ਐਸਟਨ ਬਿਜ਼ਨਸ ਸਕੂਲ ਇਨ ਬਰਮਿੰਘਮ ਇਨ ਇੰਗਲੈਂਡ ਐਂਡ ਆਈ ਸਟੱਡੀਡ ਪਬਲਿਕ ਪਾਲਿਸੀ ਐਂਡ ਮੈਨੇਜਮੈਂਟ ਐਂਡ ਸੋਸ਼ਲ ਪੋਲਿਟਿਕਸ ਓ ਮਾਈ ਗੋਡ ਇੰਨਾ ਪੜ੍ਹ ਲਿਖ ਕੇ ਫਾਈਨ ਤੁਸੀਂ ਇਸ ਸੈਟਲ ਹੋ ਗਏ ਕਿ ਮਤਲਬ ਕਦੇ ਵੀ ਲਾਈਫ 'ਚ ਵਾਪਸ ਜਾਓਗੇ ਆਪਣੀ ਉਸ ਜੋਬ ਲੈਣ ਜਾਂ ਕੁਝ ਵੀ ਐਨੀਥਿੰਗ ਆਈ ਥਿੰਕ ਅੱਜ ਕੱਲ੍ਹ ਡਿਗਰੀ ਦਾ ਮੀਨਿੰਗ ਜਾਂ ਕੁਆਲੀਫਿਕੇਸ਼ਨ ਦਾ ਮੀਨਿੰਗ ਹੁੰਦਾ ਕਿ ਯੂ ਕੈਨ ਸਟੱਡੀ ਐਗਜੈਕਟ ਉਹ ਸਬਜੈਕਟ 'ਤੇ ਮੈਟਰ ਨਹੀਂ ਹੁੰਦਾ ਉਹ ਔਰਗਨਾਈਜੇਸ਼ਨ ਸਕਿੱਲਸ ਤੁਹਾਨੂੰ ਮਿਲਦੇ ਆ ਕਿ ਤੁਸੀਂ ਆਪਣਾ ਵਰਕ ਲੋਡ ਕਿੱਦਾਂ ਸੰਭਾਲਦੇ ਆ ਤੁਸੀਂ ਆਪਣੀ ਪ੍ਰੈਕਟਿਸ ਜਾਂ ਸਟੱਡੀ ਐਗਜ਼ਾਮਸ ਵਾਸਤੇ ਕਿੱਦਾਂ ਕਰਦੇ ਤਿਆਰੀ ਕਿੱਦਾਂ ਕਰਦੇ ਉਹੀ ਜਿਹੜੀ ਆਈ ਥਿੰਕ ਦੀਜ਼ ਆਰ ਦ ਮੇਨ ਸਕਿੱਲਸ ਯੂ ਗੈਟ ਫਰੋਮ ਐਜੂਕੇਸ਼ਨ ਨੋਟ ਦ ਸਬਜੈਕਟ ਮੈਟਰ ਸੋ ਇਫ ਯੂ ਸਟੱਡੀ ਐਂਡ ਯੂ ਡੂ ਵੈਲ ਯੂ ਆਲਸੋ ਸਟੱਡੀਇੰਗ ਆਈ ਬਿਲੀਵ ਐਂਡ ਡੂਇੰਗ ਐਨ ਅਸਾਈਨਮੈਂਟ ਥਰੂ ਆਊਟ ਯੂਰ ਐਜੂਕੇਸ਼ਨ ਐਂਡ ਦੈਨ ਡੂਇੰਗ ਐਨ ਅਸਾਈਨਮੈਂਟ ਐਟ ਵਰਕ you need the same skills bilkul to complete and plan and organize and execute something I think that's all that matters not so I think I got those skills sometimes I manage my time properly sometimes chaliye hun sapna na apan gal karde tusi punjab wapas aaye sab to pehla ke ki khada si the saag saag thoda favorite hai saag aur ki pasand karde ho punjabi khane ch sara kuch london mein sade ka dal roti bandi hai punjabi khana hi banda hai ਤੁਸੀਂ ਕਦੇ ਮਿਸ ਨਹੀਂ ਕੀਤਾ ਮਤਲਬ ਮਿਸ ਕਰਨ ਦੀ ਉਹ ਆਈ ਨਹੀਂ ਨੌਬਤ ਨਹੀਂ ਆਈ ਕਿ ਪੰਜਾਬੀ ਖਾਣਾ ਨਹੀਂ ਮੈਂ ਮਿਸ ਕਰਦੀ ਹਾਂ ਕਿਉਂਕਿ ਮੇਰੇ ਮੰਮੀ ਪਾਪਾ ਇੱਥੇ ਨਹੀਂ ਤਾਂ ਮੈਂ ਇੰਡੀਆ 'ਚ ਮੈਨੂੰ 6 ਸਾਲ ਹੋ ਗਏ ਆ ਤਾਂ ਜਦੋਂ ਮੈਂ ਘਰ ਜਾਂਦੀ ਹਾਂ ਮੈਨੂੰ ਮੇਰੇ ਪਾਪਾ ਕਹਿੰਦੇ ਚਲੋ ਅਸੀਂ ਡਿਨਰ 'ਤੇ ਜਾਂਦੇ ਮੈਂ ਨਹੀਂ ਨਹੀਂ ਮੇਰੀ ਮਾਂ ਦੀ ਦਾਲ ਬਣਾ ਕੇ ਰੱਖੋ ਤਾਂ ਮੇਰੇ ਪਰੌਂਠੇ ਬਣਾ ਕੇ ਰੱਖੋ ਬਸ ਅਤੇ ਸਪਨਾ ਹੋਰ ਤੁਸੀਂ ਪੰਜਾਬ 'ਚ ਕੀ ਪਸੰਦ ਕਰਦੇ ਹੋ ਮਤਲਬ ਪੰਜਾਬ 'ਚ ਤੁਹਾਨੂੰ ਕੀ ਪਸੰਦ ਆਉਂਦਾ ਤੁਸੀਂ ਕੀ ਦੇਖਣ ਨੂੰ ਕਰੇਵ ਕਰਦੇ ਹੋ ਪੰਜਾਬ ਆ ਕੇ ਸਭ ਤੋਂ ਪਹਿਲਾਂ ਪੱਪੀਜ਼ cats babies dogs ਉਹ ਤਾਂ ਬਾਹਰ ਵੀ ਹੁੰਦੇ ਹੋਣਗੇ ਮੈਂ ਬਾਹਰ ਨਹੀਂ ਲੰਡਨ 'ਚ ਤਾਂ ਨਹੀਂ ਹੈਗੇ ਪਰ ਜਿਹੜੇ ਸਟ੍ਰੇ ਡੋਗਸ ਸਟ੍ਰੇ ਡੋਗਸ ਪੰਜਾਬ ਮਤਲਬ ਸਾਰੇ ਕੁੱਤੇ ਬਿੱਲੀਆਂ ਸਾਰੇ ਕੁਛ ਵਾਈਟ ਕਬੂਤਰ ਯੂ ਆਰ ਅ ਪੈਟ ਲਵਰ ਆਈ ਲਵ ਐਨੀਮਲਸ ਯੈਸ ਤੁਹਾਡਾ ਕੋਈ ਆਪਣਾ ਪੈਟ ਹੈਗਾ ਹੁਣ ਨਹੀਂ ਹੈਗੇ ਕੈਟ ਸੀਗੀਆਂ
Now she's rest in peace, cat. But yeah, I love Punjab. I love the Punjab which very clean air. Bombay nalo to bahut jyada clean air hai. Clean air, simplicity. Mainu Punjab di simplicity bahut pasand hai. Khas karke unna da fashion, Indian clothes which matlab sari and stuff mere liye kadi kadi difficult ho janda hai. Mainu salwar kameez hi pasand hundi hai, ja idan da jacket Punjabi style. ਤੇ ਸਪਨਾ ਹੁਣ ਆਪਾਂ ਆਉਂਦੇ ਹਾਂ ਮਰ ਗਏ ਉਹ ਲੋਕੋ ਤੇ ਹਾਂਜੀ ਇਹ ਸਬਬ ਕਿਵੇਂ ਬਣਿਆ ਗਿੱਪੀ ਜੀ ਨੇ ਤੁਹਾਨੂੰ ਅਪਰੋਚ ਕੀਤਾ ਸੀ ਕਿ ਤੁਸੀਂ ਪਹਿਲੇ ਤੋਂ ਹੀ ਕਿਸੇ ਨੂੰ ਕਹਿ ਰਹੇ ਸੀ ਕਿ ਮੈਨੂੰ ਮੂਵੀਜ਼ ਕਰਨੀਆਂ ਨੇ ਪੰਜਾਬੀ ਇੰਡਸਟਰੀ 'ਚ ਮੈਂ ਆਉਣਾ ਚਾਹੁੰਦੀ ਹਾਂ ਇਹ ਮੂਵੀ ਤੁਹਾਡੇ ਕੋਲ ਕਿਵੇਂ ਆਈ ਥੋੜ੍ਹਾ ਜਿਹਾ ਹਾਫ ਹਾਫ ਇਹਨਾਂ ਨੇ ਵੀ ਅਪਰੋਚ ਕੀਤਾ ਸੀ ਮੈਂ ਵੀ ਫਿਊ ਪੀਪਲ ਨੂੰ ਦੱਸਿਆ ਸੀ ਕਿ ਆਈ ਵਾਂਟ ਟੂ ਗੋ ਇਨ ਟੂ ਪੰਜਾਬੀ ਇੰਡਸਟਰੀ ਵਿਦ ਅ ਗੁੱਡ ਪ੍ਰੋਜੈਕਟ ਤਾਂ ਆਈ ਥਿੰਕ ਕਿ ਉਹਨਾਂ ਤੱਕ ਮੈਸੇਜ ਪਹੁੰਚ ਗਿਆ ਸੀ ਤਾਂ ਉਹ ਵੀ ਕਹਿੰਦੇ ਸੀ ਜਦੋਂ ਮੈਂ ਉਹਨਾਂ ਨੂੰ ਮਿਲੀ ਸੀ ਕਹਿੰਦੇ ਸੀ ਤੁਹਾਡਾ ਨਾਂ ਘੁੰਮਦਾ ਰਿਹਾ ਫੋਰ ਲਾਸਟ ਵਨ ਈਅਰ ਆਈ ਥਿੰਕ ਉਹਨਾਂ ਨੇ ਵੀ ਸੁਣਿਆ ਸੀ ਕਿ ਇੱਕ ਸਪਨਾ ਪੱਬੀ ਹੈਗੀ ਆ ਜੋ ਕਹਿੰਦੀ ਜਿਹੜੀ ਕਹਿੰਦੀ ਹੈ ਮੈਂ ਪੰਜਾਬੀ ਫਿਲਮਾਂ ਕਰਨੀ ਹਾਂ ਸੋ ਹਾਂ ਹਾਫ ਹਾਫ ਸਾਡੀ ਅੰਡਰਸਟੈਂਡਿੰਗ ਸੇਮ ਸੀਗੀ ਆਈ ਥਿੰਕ ਦੈਟਸ ਉਹ ਮੈਚ ਹੋ ਗਈ ਸੀਗੀ ਠੀਕ ਤੁਹਾਡਾ ਰੋਲ ਕੀ ਹੈ ਇਸ ਪਿਕਚਰ 'ਚ ਕਿਸ ਤਰ੍ਹਾਂ ਦਾ ਰੋਲ ਹੈ ਕਿਸ ਤਰ੍ਹਾਂ ਦੀ ਪੰਜਾਬੀ ਕੁੜੀ ਹੈ ਕਿਸ ਤਰ੍ਹਾਂ ਦੀ ਪੰਜਾਬੀ ਕੁੜੀ ਹੈ ਡੂ ਯੂ ਵਾਂਟ ਅ ਗੈਸ ਕਿ ਮਿਸ ਮੇਰਾ ਨਾਂ ਕੀ ਹੈ ਇਸ ਫਿਲਮ ਵਿੱਚ It's very easy to guess. My name is Simran in this film. Okay, okay. But I am very happy because it's a proper Punjabi screen name in Umilia. Inne vadde actors naal specially. Haan ji, so I was very happy. Mera role ehde vich matlab sardara di thi dikhai hui hai, jeep chalandi hai, strong Punjabi character koshish kiti banana se dikhan waste and ode apne ਡ੍ਰੀਮਸ ਆ ਉਹਦੇ ਆਪਣੀ ਖੁਆਇਸ਼ ਆ ਉਹਦੇ ਆਪਣੀ ਪਸੰਦ ਆ ਸੋ ਆਈ ਥਿੰਕ ਇਹਦੇ ਵਿੱਚ ਜਿਹੜੀ ਨਾਈਸ ਚੀਜ਼ ਆ ਕਿ ਉਹ ਦਿਖਾਉਣਾ ਚਾਹੁੰਦੀ ਕਿ ਗਰਲ ਦੇ ਵੀ ਮਤਲਬ ਪੰਜਾਬੀ ਹੋ ਡਜ਼ਨਟ ਮੈਟਰ ਵਾਟ ਫੈਮਲੀ ਸ਼ੀ ਹੈਜ਼ ਹਰ ਓਨ ਅੰਡਰਸਟੈਂਡਿੰਗ ਯੂ ਨੋ ਉਹਦੇ ਆਪਣੇ ਵੀ ਗੋਲਸ ਹੁੰਦੇ ਆ ਐਂਡ ਆਈ ਥਿੰਕ ਕਿ ਦੇ ਡਿਡ ਦ ਰਾਈਟ ਥਿੰਗ ਬਾਈ ਡਿਸਪਲੇਇੰਗ ਦੈਟ ਕਿਉਂਕਿ ਆਲਵੇਜ਼ ਨਹੀਂ ਦਿਖਾਉਂਦੇ ਕਿ ਗਰਲ ਦਾ ਆਪਣਾ ਟਰੈਕ ਪਰਸਨੈਲਿਟੀ ਸੈਪਰੇਟ ਵਟ ਐਵਰ ਸ਼ੀ ਵਾਂਟਸ ਟੂ ਡੂ ਸੋ ਤੇ ਤੁਸੀਂ ਮਤਲਬ ਰਿਐਲਿਟੀ 'ਚ ਜੀਪ ਚਲਾ ਲੈਂਦੇ ਸੀ ਕਿ ਸਿੱਖੀ ਸੀ ਇੱਥੇ ਆ ਕੇ ਨਹੀਂ ਇੱਥੇ ਆ ਕੇ ਮੈਂ ਜੀ ਸਿੱਖੀ ਹਾਂ ਤੇ ਡਰਾਈਵਿੰਗ ਇੱਥੇ ਆ ਕੇ ਸਿੱਖੀ ਕਿ ਜੀਪ ਐ ਨੋ ਹੈਵੀ ਵਹੀਕਲ ਜੀ ਮਤਲਬ ਲੰਡਨ 'ਚ ਤਾਂ ਮੈਂ ਕਦੀ ਜੀਪ ਦੇਖੀ ਨਹੀਂ ਉਹ ਕੂਲ ਡਿਫਰੈਂਟ ਟਾਈਪ ਦੀ ਥਾਰ ਟਾਈਪ ਹਾਂ ਥਾਰ ਬਟ ਨਾਟ ਨੋ ਤੇ ਸਪਨਾ ਤੁਹਾਡੇ ਨਾਲ ਬਹੁਤ ਹੀ ਵਧੀਆ ਸਟਾਰ ਕਾਸਟ ਹੈ ਤੁਹਾਡੇ ਅਕੋਰਡਿੰਗਲੀ ਕਿੰਨਾ ਜ਼ਰੂਰੀ ਹੁੰਦਾ ਇੱਕ ਵਧੀਆ ਸਟਾਰ ਕਾਸਟ ਦਾ ਹੋਣਾ ਹੈ ਕਿੰਨਾ ਇੰਪੈਕਟ ਪੈਂਦਾ ਹੈ ਇੱਕ ਵਧੀਆ ਸਟਾਰ ਕਾਸਟ ਦਾ ਇੱਕ ਡੈਬਿਊ ਹੀਰੋਇਨ ਨਾਲ ਡੈਬਿਊ ਹੀਰੋ ਨਾਲ ਹੋਣਾ ਕਿੰਨਾ ਇੰਪੈਕਟ ਪੈਂਦਾ ਉਸ ਚੀਜ਼ ਦਾ ਆਈ ਥਿੰਕ ਉਹ ਐਕਚੁਅਲੀ ਡਿਪੈਂਡ ਕਰਦਾ ਕਿ ਤੁਹਾਡੀ ਫਿਲਮ ਕਿੱਦਾਂ ਦੀ ਆ ਤੁਹਾਡੀ ਫਿਲਮ ਦੀ ਮਤਲਬ ਜੋਨਰ ਕੀ ਆ ਇਫ ਯੂਰ ਜੋਨਰ ਇਜ਼ ਅ ਸੀਰੀਅਸ ਰੀਅਲ ਜਿੱਦਾਂ ਕੋਈ ਫੈਸਟੀਵਲ ਫਿਲਮਸ ਆ ਗਈ ਉਹਦੇ ਵਿੱਚ ਆਈ ਡੋਂਟ ਥਿੰਕ ਕਿ ਸਟਾਰ ਕਾਸਟ ਤੁਹਾਡੀ ਇੰਨੀ ਮੈਟਰ ਕਰਦੀ ਆ ਜਿੰਨੀ ਕਾਮੇਡੀ ਜਿੱਦਾਂ ਮੈਸੀ ਕਾਮੇਡੀ 'ਚ ਮੈਟਰ ਕਰਦੀ ਹੈ ਸੋ ਆਈ ਥਿੰਕ ਇਟ ਡਿਪੈਂਡਸ ਓਨ ਕਿ ਤੁਹਾਡੀ ਜੋਨਰ ਤੁਹਾਡੀ ਸਟੋਰੀ ਕਿੱਦਾਂ ਦੀ ਆ ਵਿਦ ਦਿਸ ਡੈਫੀਨੇਟਲੀ ਯੂ ਹੈਵ ਟੂ ਹੈਵ ਇਹਨਾਂ ਤੋਂ ਬਿਨਾਂ ਮਤਲਬ ਫਿਲਮ ਇਜ਼ ਨੋਟ ਗੋਇੰ ਟੂ ਵਰਕ ਐਸਪੈਸ਼ਲੀ ਹਿਮ ਐਂਡ ਹਿਮ ਕਾਮੇਡੀਜ਼ ਬਟ ਯਾ ਆਈ ਐਮ ਵੈਰੀ ਗ੍ਰੇਟਫੁਲ ਕਿ ਮੈਨੂੰ ਇੰਨੀ ਵਧੀਆ ਸਟਾਰ ਕਾਸਟ ਮਿਲੀ ਆ ਸਾਰੇ ਹੈਗੇ ਔਰ ਐਵਰੀਬਡੀ ਪੰਜਾਬ ਦੇ ਸਾਰੇ ਕੋਮਿਕਸ ਇਕੱਠੇ ਹੋਏ ਐਗਜੈਕਟਲੀ ਇਟ ਵਾਸ ਲਾਈਕ ਦਿਸ ਔਨ ਸੈਟ ਕਿੱਥੋਂ ਹਾ ਹੀ ਐਂਡ ਆਈ ਡੋਨਟ ਇਵਨ ਨੋ ਹੂ ਇਜ਼ ਲਾਫਿੰਗ ਹੂ ਇਜ਼ ਮੇਕਿੰਗ ਦ ਜੋਕ ਸੋ ਆਈ ਐਮ ਵੈਰੀ ਗ੍ਰੇਟਫੁਲ ਆਈ ਥਿੰਕ ਬਟ ਯੈਸ ਇਟ ਡਸ ਮੈਟਰ ਔਨ ਦ ਟਾਈਪ ਆਫ ਫਿਲਮ ਕਰ ਰਹੇ ਹਾਂ ਅਤੇ ਸਪਨਾ ਸਭ ਤੋਂ ਜ਼ਿਆਦਾ ਬੋਂਡਿੰਗ ਕਿਹਦੇ ਨਾਲ ਸੀ ਮਤਲਬ ਔਨ ਸੈੱਟ ਹੋ ਜਾਏ ਸਭ ਤੋਂ ਜ਼ਿਆਦਾ ਖੱਪ ਕਿਹਦੇ ਨਾਲ ਪਾਉਂਦੇ ਸੀ ਤੁਸੀਂ ਸਾਰਿਆਂ ਨਾਲ ਐਕਚੁਅਲੀ ਸਾਰੇ ਲੱਗੇ ਰਹਿੰਦੇ ਸੀਗੇ ਵੀ ਆਰ ਆਲਸੋ ਨੋਟ ਦ ਟਾਈਪ ਟੂ ਸਟੇ ਕੁਆਇਟ ਮੈਂ ਵੀ ਲਾਈਕ ਕਰਦੀ ਹਾਂ ਕਿਸੀ ਨੂੰ ਚੈਟਿੰਗ ਹਾ ਹੀ ਹੀ ਕਰਦੇ ਰਹੀਏ ਸੈੱਟ 'ਤੇ ਐਂਡ ਆਈ ਥਿੰਕ ਇੱਦਾਂ ਹੀ ਹੋਣਾ ਚਾਹੀਦਾ ਆਈ ਥਿੰਕ ਅਸੀਂ ਅਸੀਂ ਅੱਜ ਮਿਸ ਕਰਦੇ ਮੈਂ ਤਾਂ ਮੈਨੂੰ ਜੀ ਗਿੱਪੀ ਸਾਹਿਬ ਨੂੰ ਦੋ ਦਿਨ ਹੋ ਗਏ ਮਿਲੇ ਨਹੀਂ ਤਾਂ ਉਹ ਮਿਸ ਕਰ ਰਹੇ ਹਾਂ ਸਾਡੀ ਬੈਟਲ ਚੱਲ ਰਹੀ ਆ ਤਾਂ ਇਹ ਨਹੀਂ ਹੈਗੇ ਸਰ ਸੋ ਬਟ ਸਿਮਰ ਸਰ ਸਾਡੇ ਡਾਇਰੈਕਟਰ ਜੀ ਸਿਮਰ ਜੀ ਉਹਨਾਂ ਨਾਲ ਮੇਰੀ ਬੋਂਡਿੰਗ ਬਹੁਤ ਨਾਈਸ ਸੀ ਉਹਨਾਂ ਨੇ ਮੈਨੂੰ ਚਾਂਸ ਵੀ ਦਿੱਤਾ ਕਦੇ ਕਦੇ ਮੈਨੂੰ ਲੱਗਦਾ ਸੀ ਕਿ ਯੂ ਨੋ ਇਸ ਡਾਇਲੋਗ ਵਿੱਚ ਜਾਂ ਇਹਦੇ ਵਿੱਚ ਮੈਂ ਇੱਦਾਂ ਕਰਨਾ ਚਾਹੁੰਦੀ ਹਾਂ ਤਾਂ ਉਹਨਾਂ ਨੇ ਮੈਨੂੰ ਸਪੇਸ ਵੀ ਦਿੱਤੀ ਕਿ ਕਦੇ ਕਦੇ ਕੈਰੇਕਟਰ ਮਤਲਬ ਟਰਾਈ ਜੇ ਮੈਂ ਕਿਹਨਾਂ ਕਹਾਂਗੀ ਕਿ ਸਰ ਮੈਂ ਆਪਣੇ ਤਰੀਕੇ ਨਾਲ ਕਰਾਂ ਕੋਸ਼ਿਸ਼ ਕਰਾਂ ਸੋ ਅਸੀਂ ਮਿਲ ਕੇ ਕਰਦੇ ਹੁੰਦੇ ਸੀਗੇ ਦੋਨਾਂ ਦੀ ਐਫਰਟਸ ਪਾ ਕੇ ਜਿੱਦਾਂ ਹੱਸਦੇ ਹੁੰਦੇ ਸੀ ਉਹ ਮੈਨੂੰ ਦੂਰੋਂ ਦੇਖ ਲੈਂਦੇ ਆ ਗਈ ਆਪਣਾ ਪੈਨ ਪੇਪਰ ਲੈ ਕੇ ਇਟਸ ਗੁੱਡ ਆਈ ਲਾਈਕ ਕਿ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਕਿ ਮੈਂ ਆਪਣੇ ਵੀ ਇਨਪੁੱਟਸ ਪਾ ਸਕਦੀ ਹਾਂ ਸੋ ਥੈਂਕ ਯੂ ਸਿਮਰ ਸਰ
ਤੇ ਸਪਨਾ ਇਹ ਪਹਿਲੀ ਮਤਲਬ ਰੋਮਾਂਟਿਕ ਜਿਵੇਂ ਪਹਿਲਾ ਰੋਮਾਂਸ ਹੋ ਰਿਹਾ ਜਿਹਦੇ 'ਚ ਰੂਹ ਗਿੱਪੀ ਦੀ ਹੈ ਸਰੀਰ ਬੀਨੂ ਜੀ ਦਾ ਹੈ ਇਹ ਪਹਿਲਾ ਰੋਮਾਂਸ ਤੁਹਾਨੂੰ ਤੁਸੀਂ ਕਨਫਿਊਜ਼ ਹੋ ਜਾਂਦੇ ਸੀ ਬਹੁਤ ਕਨਫਿਊਜ਼ ਨਹੀਂ ਸੀ ਯੂਨੋ ਕਦੀ ਕਦੀ ਸਾਹਮਣੇ ਸਾਡੇ ਮਤਲਬ ਗਿੱਪੀ ਜੀ ਹੁੰਦੇ ਸੀਗੇ ਅਤੇ ਕਹਿੰਦੇ ਹੁਣ ਮੈਂ ਨਹੀਂ ਹਾਂ ਮੈਂ ਬੀਨੂ ਹਾਂ ਹਾਂ ਇਜ਼ ਹੈਪਨਿੰਗ ਮੈਂ ਬੀਨੂ ਨਹੀਂ ਹਾਂ ਮੈਂ ਗਿੱਪੀ ਹਾਂ ਐਂਡ ਐਵਰੀ 5 ਮਿੰਟਸ ਉਹ ਸੀ ਮਤਲਬ ਸ਼ੂਟ ਵੀ ਉੱਦਾਂ ਹੀ ਹੁੰਦਾ ਹੈ ਜਲਦੀ ਜਲਦੀ ਤਾਂ ਆਈ ਗੋਟ ਵੈਰੀ ਮੈਂ ਹਜੇ ਵੀ ਕਨਫਿਊਜ਼ ਹਾਂ ਆਈ ਐਮ ਵੈਰੀ ਐਕਸਾਈਟਡ ਟੂ ਸੀ ਦਿਸ ਫਿਲਮ ਮੈਨੂੰ ਵੀ ਮੇਰਾ ਵੀ ਕਲੀਅਰ ਹੋ ਜਾਊਗਾ ਇਟ ਵਾਸ ਵੈਰੀ ਕਨਫਿਊਜ਼ਿੰਗ ਬਟ ਯੂ ਇੰਜੋਏ ਤੁਹਾਡੀ ਅਤੇ ਗਿੱਪੀ ਜੀ ਦੀ ਕੈਮਿਸਟਰੀ ਕਿਹੋ ਜਿਹੀ ਸੀ ਆਫ ਸਕਰੀਨ ਐਂਡ ਔਨ ਸਕਰੀਨ ਦੋਨੋਂ ਵੈਰੀ ਗੁੱਡ ਵੀ ਗੈਟ ਅਲੋਂਗ ਵੈਰੀ ਵੈਲ ਐਕਚੁਲੀ ਹੀ ਇਜ਼ ਵੈਰੀ ਕੂਲ ਉਹ ਐਕਚੁਲੀ ਕਾਫੀ ਓਪਨ ਆ ਨਵੀਆਂ ਚੀਜ਼ਾਂ ਨੂੰ ਓਪਨ ਆ ਐਂਡ ਆਈ 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 ਲਵ ਆਈ ਥਿੰਕ ਆਪਣੀ ਮੈਂ ਕਿੰਨੀ ਵਾਰੀ ਕਿਹਾ ਆਪਣੇ ਜਿਹੜੀ ਕੰਪਨੀ ਦਾ ਨਾਂ ਆ ਹੀ ਇਜ਼ ਐਗਜੈਕਟਲੀ ਦਿਸ ਸੇਮ ਹੀ ਇਜ਼ ਵੈਰੀ ਹੰਬਲ ਹੀ ਇਜ਼ ਅ ਗ੍ਰੇਟ ਹਿਊਮਨ ਬੀਇੰਗ ਦੇ ਆਲ ਆਰ ਇਨ ਫੈਕਟ ਸੋ ਥੈਂਕ ਯੂ ਸੋ ਮਚ ਫੋਰ ਦਿਸ ਓਪਰਚੁਨਿਟੀ ਗਾਈਜ਼ ਅਤੇ ਸਪਨਾ ਹੁਣ ਤੁਹਾਡੇ ਨਾਲ ਥੋੜ੍ਹੀ ਜਿਹੀ ਕੰਪੈਟੀਬਿਲਿਟੀ ਗੇਮ ਖੇਡਣੀ ਆਪਾਂ ਤੁਹਾਨੂੰ ਆਪਾਂ ਇਹ ਬੋਰਡ ਦੇਣਾ ਇੱਕ ਸਾਈਡ ਲਿਖੀ ਹੈ ਬੀਨੂ ਇੱਕ ਸਾਈਡ ਗਿੱਪੀ ਜੋ ਵੀ ਕਰਦੇ ਹੋਣਗੇ ਉਹ ਚੀਜ਼ ਜ਼ਿਆਦਾ ਕਰਦੇ ਹੋਣਗੇ ਤੁਸੀਂ ਉਹ ਬੋਰਡ ਦਿਖਾ ਦੇਣਾ ਓਕੇ ਅਤੇ ਆਪਾਂ ਸ਼ੁਰੂ ਕਰੀਏ ਗੇਮ ਅਤੇ ਸਾਡਾ ਪਹਿਲਾ ਕੁਐਸਚਨ ਹੈ ਇਫ ਯੂ ਵਰਡ ਔਫਰਡ ਤੁਹਾਨੂੰ ਜੇ ਡਿਨਰ ਡੇਟ ਔਫਰ ਕੀਤੀ ਜਾਂਦੀ ਤੁਸੀਂ ਕਿਹਦੇ ਨਾਲ ਜਾਓਗੇ ਇੱਕ ਨੂੰ ਲੈ ਕੇ ਜਾਣਾ You should put Karan ji also. He is also my favorite. Kino. Actually, dono hi diet pe hai. They're both on diets. What will I eat? They won't feed me anything. Let's take Gippy. Next question hai. Haan ji. Zyada flirty kaun hai? To zyada funny kaun hai? ਕੌਣ ਜ਼ਿਆਦਾ ਟਾਈਮ ਆਪਣੇ ਟੱਚਅਪ ਨੂੰ ਲਾਉਂਦਾ ਸੀ ਟੱਚਅਪ ਮੇਕਅਪ ਜ਼ਿਆਦਾ ਟਾਈਮ ਕੌਣ ਲਾਉਂਦਾ ਸੀ ਬਾਰ ਬਾਰ ਟੱਚਅਪ ਕੌਣ ਕਰ ਰਿਹਾ ਹੁੰਦਾ ਸੀ ਸੈੱਟ 'ਤੇ ਪਤਾ ਨਹੀਂ ਸਾਰੇ ਕਰਦੇ ਆ ਯੂ ਨੋ ਮੈਨੂੰ ਕਦੇ ਕਦੇ ਮੇਲ ਐਕਟਰਸ ਦੀ ਸਮਝ ਨਹੀਂ ਆਉਂਦੀ ਇੰਨੇ ਜਿਹੇ ਬਾਲ ਹੁੰਦੇ ਆ ਉਹਨਾਂ ਦੇ ਕਦੇ ਕਿੰਨੇ ਹੁੰਦੇ ਆ ਇਹਨੂੰ ਨਹੀਂ ਮੈਨੂੰ ਆਈ ਕਾਂਟ ਅੱਛਾ ਦਿਸ ਇਜ਼ 1 2 ਬੋਥ ਆਫ ਦਮ ਬੋਥ ਆਫ ਦਮ ਆਰ ਦਾ ਸੇਮ ਬੋਇਜ਼ ਯੂ ਟੇਕ ਸੋ ਲੌਂਗ ਜੇ ਤੁਹਾਨੂੰ ਮੌਕਾ ਮਿਲੇ ਕਿ ਕਿਸੇ ਇੱਕ ਬੰਦੇ ਨਾਲ ਵਰਲਡ ਟੂਰ 'ਤੇ ਜਾਣਾ ਤੁਸੀਂ ਕਿਹਨੂੰ ਲੈ ਕੇ ਜਾਓਗੇ ਤੇ ਤੁਸੀਂ ਜ਼ਿਆਦਾ ਅਟੈਚ ਕਿਹਦੇ ਨਾਲ ਹੋ ਆਪਾਂ ਲਾ ਲਈਏ ਸਾਹਿਬ ਗਿੱਪੀ ਜੀ ਐਂ ਕਦੇ ਕਦੇ ਮੈਨੂੰ ਤੰਗ ਬਹੁਤ ਕਰਦੇ ਆ ਬਿੰਨੂ ਜੀ ਤੰਗ ਕਰਦੇ ਆ ਅੱਛਾ ਹੁਣ ਕੁਐਸਚਨ ਹੈ ਇਟਸ ਟੂ ਫਨੀ ਸਨ ਹੀ ਮੇਕਸ ਫਨ ਆਫ ਮੀ ਓਨਲੀ ਉਹੀ ਸਾਡਾ ਕੁਐਸਚਨ ਹੈ ਨੈਕਸਟ ਸੋਰੀ ਕੌਣ ਥੋੜਾ ਜ਼ਿਆਦਾ ਓਵਰ ਫਨੀ ਹੋ ਜਾਂਦਾ ਕਿ ਉਹ ਸਰਕਾਜ਼ਮ ਹੀ ਬਣ ਜਾਂਦਾ ਕਈ ਵਾਰ ਜਾਂ ਫਿਰ ਲੇਮ ਤੁਸੀਂ ਕਹਿ ਦਿੰਦੇ ਹੋ ਯਾਰ ਕੋਈ ਜਿਹਦਾ ਇੰਸੀਡੈਂਟ ਤੁਹਾਨੂੰ ਸੁਣਾ ਸਕਦੇ ਹੋ ਕੋਈ ਜੋ ਯਾਦ ਹੋਏ ਮੇਰਾ ਕੇਸ ਹੀ ਲੈਂਦੇ ਰਹਿੰਦੇ ਕਿਹੜਾ ਕੇਸ ਐਸ ਇਨ ਹਰ ਯੂ ਹੀ ਕੀਪਸ ਮਤਲਬ ਮੇਰੇ ਉੱਤੇ ਹੀ ਜੋਕਸ ਬਣਾਉਂਦੇ ਆ ਗੋ ਅਵੇ ਡੋਨਟ ਬੀ ਮੀਨ ਟੂ ਮੀ ਠੀਕ ਹੈ ਮੇਰੇ ਕੋਲ ਕਮਬੈਕ ਵੀ ਨਹੀਂ ਹੁੰਦੇ ਕਿ ਹਾਊ ਡੂ ਸਾਡਾ ਲਾਸਟ ਕੁਐਸਚਨ ਹੈ ਹਾਂਜੀ ਤੁਸੀਂ ਕਿਹਦੇ ਨਾਲ ਮਤਲਬ ਤੁਹਾਡੀ ਸੈੱਟ ਤੇ ਕਿਹਦੇ ਨਾਲ ਸਭ ਤੋਂ ਜ਼ਿਆਦਾ ਬਣਦੀ ਸੀ ਤੇ ਕਿਹਦੇ ਨਾਲ ਸੈੱਟ ਤੇ ਇੱਕ ਦੋ ਵਾਰ ਬਹਿਸ ਹੋਈ ਆ ਸਭ ਤੋਂ ਪਹਿਲਾਂ ਕਿਹਦੇ ਨਾਲ ਜ਼ਿਆਦਾ ਬਣਦੀ ਸੀ ਸੈੱਟ ਤੇ ਤੇ ਬਹਿਸ ਕਿਹਦੇ ਨਾਲ ਹੋਈ ਹੈ ਓਬਵੀਅਸਲੀ ਹੁਣ ਇੱਕ ਤਾਂ ਇੰਸੀਡੈਂਟ ਸੁਣਾ ਦਿਓ ਸਾਡੀ ਆਡੀਅੰਸ ਨੂੰ ਕੋਈ ਛੋਟਾ ਮੋਟਾ ਹੀ ਮਤਲਬ ਬਹੁਤ ਹੀ ਅੱਛਾ ਕੋਈ ਜੋਕ ਤੇ ਤੁਹਾਡੇ ਉੱਤੇ ਬਾਰ-ਬਾਰ ਮਾਰਦੇ ਹੋ ਨੂੰ ਮੇਰੀ ਪੰਜਾਬੀ ਤੇ ਕੰਮ ਤੁਹਾਡੀ ਪੰਜਾਬੀ ਤਾਂ ਬਹੁਤ ਵਧੀਆ ਲੋਕਾਂ ਨੂੰ ਵੀ ਡਾਊਟ ਸੀਗਾ ਕਿ ਸਪਨਾ ਦੀ ਪੰਜਾਬੀ ਬਾਹਰੋਂ ਆਈ ਹੈ ਸਭ ਪਹਿਲੇ ਲੋਕਾਂ ਨੂੰ ਸੀਗਾ ਕਿ ਬਾਲੀਵੁੱਡ ਤੋਂ ਆਈ ਹੈ ਪੰਜਾਬੀ ਥੋੜ੍ਹੀ ਜਿਹੀ ਇਹਦੀ ਨਾ ਡਾਵਾਡੋਲ ਜੀ ਹੋਊਗੀ ਪਰ ਤੁਹਾਨੂੰ ਆਪਾਂ ਦੇਖੇ ਤੁਹਾਡੀ ਪੰਜਾਬੀ ਬਹੁਤ ਵਧੀਆ ਹੈ ਤੁਸੀਂ ਲੋਕਾਂ ਦਾ ਡਾਊਟ ਕਲੀਅਰ ਕਰੋ ਇਹਨਾਂ ਨੂੰ ਦੱਸੋ ਆਪਾਂ ਦੱਸਾਂਗੇ ਹੁਣ ਦੱਸਾਂਗੇ ਪਲੀਜ਼ ਐਂ ਦੱਸੋ ਕਿ ਲੰਡਨ ਵਾਲੀ ਪੰਜਾਬੀ ਬੋਲਦੀ ਲੰਡਨ ਵਾਲੀ ਪੰਜਾਬੀ ਬੋਲਦੀ ਲੰਡਨ ਗੋ ਅਵੇ ਸ਼ੀ ਸੈਡ ਇਟਸ ਨਾਈਸ ਪਲੀਜ਼ ਲਿਸਨ ਟੂ ਹਰ ਲੰਡਨ ਵਾਲੀ ਕਿਵੇਂ ਮਤਲਬ ਥੋੜਾ ਇੰਗਲਿਸ਼ ਵਾਲਾ ਸਲੈਂਗ ਆ ਜਾਂਦਾ ਪਰ ਸਾਨੂੰ ਤਾਂ ਫੀਲ ਨਹੀਂ ਹੋਇਆ ਉਹ ਤਾਂ ਐਵੇਂ ਹੁੰਦਾ ਨਾ ਕੀ ਖੜ ਰਹੇ ਹੋ ਤੁਸੀਂ ਯੂ ਨੀਡ ਟੂ ਲਿਸਨ ਟੂ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੇਮ ਖੇਡ ਕੇ ਥੈਂਕ ਯੂ ਮੀ ਟੂ ਹੁਣ ਆਪਾਂ ਕਰਦੇ ਹਾਂ ਥੋੜ੍ਹਾ ਬਸ ਆਖਰੀ ਕੁਐਸਚਨ ਹਾਂਜੀ ਚਲ ਸਪਨਾ ਹੁਣ ਜਿਵੇਂ ਆਪਾਂ ਤੁਹਾਡੇ ਆਉਣ ਵਾਲੇ ਪ੍ਰੋਜੈਕਟਸ ਦੀ ਗੱਲ ਕਰੀਏ ਤੁਸੀਂ ਸਾਨੂੰ ਆਉਣ ਵਾਲੇ ਪੰਜਾਬੀ ਇੰਡਸਟਰੀ 'ਚ ਹੁਣ ਦੇਖੋਗੇ ਕਿ ਮਤਲਬ ਥੋੜ੍ਹੇ ਟਾਈਮ ਤੱਕ ਦੇਖੋਗੇ ਕਿ ਗੱਲਾਂ ਚੱਲ ਰਹੀਆਂ ਨੇ ਹਾਂਜੀ ਚੱਲ ਰਹੀਆਂ ਤਾਂ ਹੋਪਫੁਲੀ ਆਈ ਪ੍ਰੇ ਕਿ ਤੁਸੀਂ ਦੇਖੋਗੇ ਐਂਡ ਲੈਟਸ ਸੀ ਫਿੰਗਰਸ ਕ੍ਰਾਸਡ ਅੱਛਾ ਅਤੇ ਤੁਸੀਂ ਕਿਸ ਟਾਈਪ ਦੇ ਨਾ ਰੋਲਸ ਇੰਸਪਾਇਰ ਕਰਦੇ ਹੋ ਬੀਟ ਇਨ ਪੰਜਾਬੀ ਇੰਡਸਟਰੀ ਔਰ ਬੋਲੀਵੁੱਡ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਉੱਤੇ ਕਿਹੜੇ ਟਾਈਪ ਦੇ ਰੋਲਸ ਬਹੁਤ ਵਧੀਆ ਸੂਟ ਕਰਦੇ ਤੁਹਾਨੂੰ ਮਿਲ ਨਹੀਂ ਪਾਉਂਦੇ ਰੋਲਸ ਕਿਸ ਟਾਈਮ ਚਾਚੂ ਜਿੱਦਾਂ ਦੇ ਰੋਲਸ ਮੈਨੂੰ ਚਾਹੀਦੇ ਸੀ ਉਹ ਮੈਨੂੰ ਹੁਣ ਮਿਲ ਰਹੇ ਆ ਜਿੱਦਾਂ ਆਈ ਹੈਵ ਡਨ ਫਿਊ ਸੀਰੀਜ਼ ਐਮਾਜ਼ੋਨ ਐਂਡ ਸਟਫ ਉਹਦੇ ਵਿੱਚ ਮੈਨੂੰ ਬਹੁਤ ਪਾਵਰਫੁਲ ਫੀਮੇਲ ਕੈਰੇਕਟਰਸ ਰੋਲਸ ਮਿਲੇ ਐਂਡ ਆਮ ਵੈਰੀ ਗ੍ਰੇਟਫੁਲ ਮੈਂ ਰੋਮ ਕੋਮ ਕਰਨੀ ਸੀ ਤਾਂ ਰੋਮ ਕੋਮ ਵੀ ਮਿਲ ਗਈ ਬਟ ਅਦਰਵਾਈਜ਼ ਰੋਲਸ
आई लाइक प्लेइंग रियल कैरेक्टर्स जिदे विच मतलब एक्टिंग विच थोड़ा जा दम मतलब एफर्ट लुक नू वी रियल रिक्रिएट करना नॉर्मली इन्ने प्रिटी प्रिटी बन के कभी कभी यही सी अनकंफर्टेबल आई प्रेफर टू रियल रोल्स एक्चुअली मैं जो वेट कर रही हजे मैं विलन का रोल नहीं किया मैं बैड नैगेटिव करना आ ਤੇ ਸਾਨੂੰ ਥੋੜ੍ਹਾ ਜਿਹਾ ਟ੍ਰੇਲਰ ਦਿਓਗੇ ਥੋੜ੍ਹਾ ਜਿਹਾ ਡਾਕੂ ਥੋੜ੍ਹੀ ਹੈਵੀ ਵੋਇਸ 'ਚ ਥੋੜ੍ਹਾ ਜਿਹਾ ਗੁੱਸੇ ਵਾਲਾ ਕੁਝ ਵੀ ਦਿਓਗੇ ਤੁਹਾਨੂੰ ਥੋੜ੍ਹਾ ਜਿਹਾ ਡਾਇਲੋਗ ਕੋਈ ਵਿਲਨ ਵਾਲਾ ਗੁੱਸੇ ਵਾਲਾ ਤੁਹਾਡੀ ਵੋਇਸ ਮੈਂ ਡਾਕੂ ਬਣਨਾ ਆਈ ਵਾਂਟ ਟੂ ਡੂ ਕੰਬੈਟ ਐਕਸ਼ਨ ਆਈ ਵਾਂਟ ਟੂ ਡੂ ਐਕਸ਼ਨ ਐਟ ਲੀਸਟ ਨਾ ਜਿਹੜਾ ਲਾਸਟ ਕੁਐਸਚਨ ਹੈ ਤੁਸੀਂ ਕਿੰਨੀ ਐਨੀਮੇਟਡ ਜਾਂ ਫਿਕਸ਼ਨ ਪਿਕਚਰਸ ਦੇਖੀਆਂ ਹੋਣਗੀਆਂ ਹਾਲੇ ਤੱਕ ਤੁਹਾਨੂੰ ਇੱਦਾਂ ਮਤਲਬ ਲੱਗ ਅੱਜ ਥੋੜ੍ਹਾ ਜਿਹਾ ਡਰ ਲੱਗ ਗਿਆ ਫਿਕਸ਼ਨ ਸੀ ਇੱਥੇ ਝੂਠ ਸੀ ਜਾਂ ਕੁਝ ਵੀ ਇੱਦਾਂ ਦਾ ਕੋਈ ਡਰ ਹੈ ਤੁਹਾਡੇ ਮਾਈਂਡ 'ਚ ਨੋਟ ਐਟ ਆਲ ਆਈ ਥਿੰਕ ਜਿਹੜੀ ਮਰ ਗਏ ਹੋ ਲੋਕੋ ਮਰ ਗਏ ਹੋ ਲੋਕੋ ਦਾ ਮੈਸੇਜ ਐਕਚੁਅਲੀ ਇਹ ਆ ਕਿ ਲਾਈਫ ਨੂੰ ਇੰਨਾ ਸੀਰੀਅਸਲੀ ਨਹੀਂ ਲੈਣਾ ਚਾਹੀਦਾ ਸੋ ਜਿਹੜੀ ਵੀ ਆਡੀਅੰਸ ਇੱਦਾਂ ਕਹੂਗੀ ਉਹਨਾਂ ਨੂੰ ਵੀ ਇਹ ਮੈਸੇਜ ਅਸੀਂ ਦੇ ਦੇਣਾ ਹੈ ਕਿ ਡੋਂਟ ਟੇਕ ਇਟ ਸੋ ਸੀਰੀਅਸਲੀ ਇੰਜੋਏ ਲਾਈਫ ਇੰਜੋਏ ਦ ਮੂਵੀ ਐਂਡ ਟੇਕ ਐਵਰੀਥਿੰਗ ਥੋੜ੍ਹਾ ਜਿਹਾ ਲਾਈਟਲੀ ਤਾਂ ਤੁਹਾਨੂੰ ਸਾਰਾ ਸਮਝ ਯੂ ਵਿਲ ਇੰਜੋਏ ਜੇ ਤੁਸੀਂ ਲਾਈਟ ਤਰੀਕੇ ਨਾਲ ਲਾਈਫ ਨੂੰ ਦੇਖਦੇ ਆ ਤੁਸੀਂ ਲਾਈਫ ਨੂੰ ਇੰਜੋਏ ਕਰੋਗੇ ਤਾਂ ਜੇ ਤੁਸੀਂ ਲਾਈਟ ਤਰੀਕੇ ਨਾਲ ਮੂਵੀ ਨੂੰ ਦੇਖਦੇ ਆ ਤੁਸੀਂ ਮੂਵੀ ਇੰਜੋਏ ਕਰੋ ਥੈਂਕ ਯੂ ਸੋ ਮਚ ਸਪਨਾ ਤੁਹਾਡੇ ਨਾਲ ਜੁੜਨ ਲਈ ਸਾਡੀ ਪੰਜਾਬੀ ਮੀਨੀਆ ਦੀ ਆਡੀਅੰਸ ਨੂੰ ਇੱਕ ਵਾਰ ਕਹਿ ਜਾਓ ਕਿ ਪਿਕਚਰ ਆ ਰਹੀ ਤਾਂ ਦੇਖ ਕੇ ਜ਼ਰੂਰ ਆਉਣੀ ਹੈ 31 August ਸਾਡੀ ਪੰਜਾਬੀ ਡੇਬਿਊ ਮੂਵੀ ਮਰ ਗਏ ਹੋਏ ਲੋਕੋ ਆ ਰਹੀ ਹੈ ਪਲੀਜ਼ ਪਲੀਜ਼ ਦੇਖੀ ਹੋਪ ਯੂ ਇੰਜੋਏ ਇਟ ਥੈਂਕ ਯੂ ਸੋ ਮਚ ਸੋ ਐਸੀ ਸਪਨਾ ਪੱਬੀ ਜੀ ਐਂਡ ਦਿਸ ਵਾਜ਼ ਪ੍ਰਾਚੀ ਸੈਨੀ ਫਰੋਮ ਪੰਜਾਬੀ ਮੀਨੀਆ ਸਾਈਨਿੰਗ ਆਫ